ਸਤ ਸ੍ਰੀ ਅਕਾਲ ਪੰਜਾਬੀ ਉਮੀਦ ਕਰਦਾ ਹਾਂ ਸਾਰੇ ਠੀਕ ਠਾਕ ਹੋਵੋਗੇ ਮੇਰੇ ਮਗਰ ਤੁਸੀਂ ਨਹਿਰ ਦੇਖ ਰਹੇ ਹੋਵੋਗੇ ਇਹ ਅਖਾੜੇ ਵਾਲੀ ਨਹਿਰ ਹੈ ਜੀ ਅਬੋਹਰ ਬ੍ਰਾਂਚ ਜਿਹਨੂੰ ਵੱਡੀ ਨਹਿਰ ਕਹਿੰਦੇ ਨੇ ਤੇ ਅੱਜ ਮੈਂ ਤੁਹਾਨੂੰ ਦਿਖਾਉਣ ਕੀ ਆਇਆ ਆਂ ਵੀ ਘਰਾਟ ਹੁੰਦੇ ਸੀ ਤੁਸੀਂ ਬਹੁਤ ਐਨੇ ਖਾਦਾ ਹੋਊਗਾ ਘਰਾਟ ਦਾ ਆਟਾ ਜਿਹੜੇ ਸਾਡੇ ਵਾਲੀ ਜਨਰੇਸ਼ਨ ਆ ਛੋਟੇ ਹੁੰਦੇ ਮੈਨੂੰ ਯਾਦ ਆ ਮਾੜਾ ਮੋਟਾ ਸੋ ਵੀ ਦਿਖਾਉਣਾ ਪਹਿਲਾਂ ਮੈਂ ਦਿਖਾ ਦਾਂ ਵੀ ਘਰਾਟ ਕਿੱਥੇ ਹੁੰਦੇ ਸੀ ਜਿਹੜੀਆਂ ਪਣ ਚੱਕੀਆਂ ਤੁਹਾਨੂੰ ਸਾਹਮਣੇ ਨਜ਼ਰ ਆ ਰਿਹਾ ਹੋਊਗਾ ਉਹ ਜਿਹੜੇ ਢੂਪੇ ਜਿਹੇ ਨੇ ਹਣਾ ਇਹ ਪਣ ਚੱਕੀਆਂ ਨਾਲ ਬੇਦੀ ਪਾਣੀ ਆਉਂਦਾ ਹੁੰਦਾ ਸੀ ਹੁਣ ਤਾਂ ਹਜੀ ਜਜਾਲ ਸਾਰੇ ਪਾਸੇ ਲੱਗ ਗਿਆ ਤੇ ਫਿਰ ਮੈਂ ਅੰਦਰ ਜਾ ਕੇ ਦੇਖੋ ਥੋੜਾ ਜਿਹਾ ਕਿਉਂਕਿ 스멜 스ਮੂਲ ਆ ਰਹੀ ਹੈ ਹੁਣ ਉਹੋ ਜਿਹਾ ਨਹੀਂ ਰਿਹਾ ਸਿਸਟਮ ਤੇ ਆਹ ਪਣ ਚੱਕੀਆਂ ਨੂੰ ਹੀ ਘਰਾਟ ਆਖਿਆ ਜਾਂਦਾ ਸੀ ਉਹ ਦੇਖੋ ਉਹਨਾਂ ਬੇਦੀ ਪਾਣੀ ਡਿੱਗਦਾ ਸੀ ਉੱਥੇ ਆਹ ਜਿੱਥੇ ਹੁਣ ਤੁਹਾਨੂੰ ਕੈਮਰਾ ਬਿਲਕੁਲ ਨਜ਼ਰ ਆ ਰਿਹਾ ਹੋਗਾ ਇੱਥੇ ਚੱਕੀ ਫਿੱਟ ਕੀਤੀ ਹੁੰਦੀ ਸੀ ਉੱਥੇ ਵੀ ਇੰਨਾ ਚੱਕੀਆਂ ਹੁੰਦੀਆਂ ਸੀ ਜਿਹੜੀਆਂ ਕੀ ਹੌਲੀ-ਹੌਲੀ ਪਾਣੀ ਦੇ ਨਾਲ ਹੌਲੀ-ਹੌਲੀ ਮੱਧਮ ਚਾਲ ਦੇ ਵਿੱਚ ਚੱਲਦੀਆਂ ਸੀ ਤਾਂ ਫਿਰ ਉਹਨਾਂ ਨੂੰ ਘਰਾਟ ਕਿਹਾ ਦਿੱਤਾ ਜਾਂਦਾ ਸੀ ਇੱਥੋਂ ਆਟਾ ਪਹਿਉਣਾ ਆਟਾ ਪਿਆ ਕੇ ਰੋਟੀ ਬੜੀ ਸੁਆਦ ਬਣਦੀ ਸੀ ਬੜੀ ਨਰਮ ਰੋਟੀ ਹੁੰਦੀ ਸੀ ਤੇ ਬਿਲਡਿੰਗ ਦੇਖੋ ਤੁਸੀਂ ਇਹ ਘਟੋ ਘਟ ਕਈ 100 ਸਾਲ ਪੁਰਾਣਾ ਜਿਹੜਾ ਇਹ ਘਰਾਟ ਜਿਹੜਾ ਅੱਜ ਇੱਕ ਇਤਿਹਾਸਕ ਆਪਾਂ ਕਹਿ ਲਈਏ ਇਤਿਹਾਸ ਚਲੋ ਨਹੀਂ ਹੈ ਪੰਜਾਬੀਆਂ ਦੇ ਸਾਡੇ ਸਾਡੇ ਇਤਿਹਾਸ ਨਾਲ ਜੁੜ ਸਬੰਧ ਹੈ ਕਿਉਂਕਿ ਅਸੀਂ ਇਹਨਾਂ ਦਾ ਆਟਾ ਖਾਦਾ ਹੈ ਹਨਾ ਸਾਡੇ ਜਿਹੜੀਆਂ ਸਾਡੇ ਤੋਂ ਸਿਆਣੀ ਉਮਰ ਦੇ ਬਜ਼ੁਰਗ ਨੇ ਉਹਨਾਂ ਤਾਂ ਆਪ ਹੌਲੀ-ਹੌਲੀ ਚੱਲਦੇ ਵੇਖਾਂਗੇ ਮੈਂ ਵੀ ਥੋੜਾ ਛੋਟ ਮੈਨੂੰ ਯਾਦ ਆ ਮੱਕੀ ਦਾ ਆਟਾ ਮੈਂ ਇੱਥੋਂ ਲੈ ਕੇ ਜਾਂਦੇ ਹੁੰਦੇ ਸੀ ਤੇ ਇਹ ਘਰਾਟ ਉਦੋਂ ਚੱਲਦੇ ਹੁੰਦੇ ਸੀ ਆ ਦੇਖੋ ਵਿੱਚ ਅੱਜ ਵੀ ਜਿਵੇਂ ਪਾਣੀ ਆਉਂਦਾ ਸੀ ਤਾਂ ਉਹ ਗੰਦ ਸਮਾਨ ਕਿਸ ਤਰੀਕੇ ਨਾਲ ਪਿਆ ਹੈ ਉਹ ਲੋਹੇ ਦੇ ਹਜੇ ਵੀ ਤੁਹਾਨੂੰ ਜੇ ਦਿਖ ਰਹੇ ਹੋਣਗੇ ਮੈਂ ਨੇੜੇ ਕਰਕੇ ਉਹ ਦੇਖੋ ਪੰਜ ਲੱਗੇ ਨੇ ਉਹ ਟੂਪੇ ਜਿਹੇ ਹਨਾ ਆ ਦੇਖੋ ਇਹ ਉਹ ਦੇਖੋ ਐ ਪਾਣੀ ਡਿੱਗਦਾ ਸੀ ਤਾਂ ਉਹ ਚੱਕੀਆਂ ਫਿਰ ਚੱਲ ਚੱਲ ਚੱਲਦੀਆਂ ਸੀ ਹੁਣ ਪੰਜਾਬ ਚ ਕਿਤੇ ਮੈਨੂੰ ਲੱਗਦਾ ਨਹੀਂ ਜਿੱਥੇ ਹੋਵੇ ਘਰਾਟ ਤਾਂ ਜਰੂਰ ਦੱਸਿਓ ਮੈਨੂੰ ਉਮੀਦ ਨਹੀਂ ਹੈ ਕਿ ਘਰਾਟ ਕਿਤੇ ਹੋਣਗੇ ਇਸ ਤਰੀਕੇ ਪਾਣੀ ਵਾਲੀ ਚੱਕੀਆਂ ਚੱਲਣ ਨੂੰ ਘਰਾਟ ਕਿਹਾ ਜਾਂਦਾ ਸੀ ਦੇਖੋ ਸਮਾ ਬੜੀ ਬੜੀ ਵੱਡੀ ਚੀਜ਼ ਹੁੰਦਾ ਹੈ ਸਮਾ ਕਹਿੰਦੇ ਨੇ ਹੁੰਦੇ ਲੋਹੇ ਨੂੰ ਵੀ ਘੋਣ ਲੱਗ ਜਾਂਦਾ ਹੈ ਤੇ ਆ ਇੱਟਾਂ ਦੇਖੋ ਤੁਸੀਂ ਹਨਾ 14 14 ਇੰਚ ਚੌੜੀਆਂ ਕੰਧਾਂ ਨੇ ਉਦੋਂ ਵੀ ਵੱਧ ਨੇ ਪਰ ਲੀਆਂ ਤਾਂ ਤੇ ਅੱਜ ਕੀ ਹਾਲ ਹੋਇਆ ਪਿਆ ਇਸ ਘਰਾਟ ਦਾ ਬਿਲਕੁਲ ਢਈ ਪਈ ਆ ਢਾਂ ਦੀ ਕਗਾਰ ਤੇ ਖੜੀ ਆ ਤੇ ਬਿਲਕੁਲ ਇਹ ਬੰਦ ਹੋਏ ਪਏ ਨੇ ਘਰਾਟ ਖੁਕਰਾਟਾਂ ਦੇ ਬਾਹਰ ਮੈਂ ਤੁਹਾਨੂੰ ਦਿਖਾਉਣਾ ਜਿਵੇਂ ਹੁਣ ਨੰਗਣ ਨੂੰ ਵੀ ਰਾਹ ਨਹੀਂ ਰਿਹਾ ਇਹ ਘਰਾਟ ਦਾ ਘਰਾਟਾਂ ਦਾ ਜਿਹੜਾ ਬਾਹਰੋਂ ਜਿਹੜਾ ਸਰੂਪ ਹੈ ਬਾਹਰਲਾ ਬਾਹਰਲੀ ਦੇਖ ਹੈ ਜਿਹੜੀ ਘਰਾਟਾਂ ਦੀ ਉਹ ਬਾਹਰਲੀ ਦੇਖ ਹੈ ਅੰਦਰੋਂ ਮੈਂ ਤੁਹਾਨੂੰ ਦਿਖਾ ਚੁੱਕਿਆ ਪਹਿਲਾਂ ਹੀ ਵੀ ਹਨਾ ਕਿਸ ਤਰੀਕੇ ਘਰਾਟ ਜਿਹੜੇ ਤੇ ਉਹ ਨਲਕਾ ਤੁਹਾਨੂੰ ਇੱਕ ਨਜ਼ਰ ਆ ਰਿਹਾ ਹੋਊਗਾ ਜਦੋਂ ਇਹ ਚੱਲਦੇ ਸੀ ਤਾਂ ਇਸ ਨਲਕੇ ਨੇ ਬੜੇ ਲੋਕਾਂ ਨੂੰ ਪਾਣੀ ਪਿਆ ਹੋਊਗਾ ਇਸ ਨਲਕੇ ਨੇ ਅੱਜ ਇਹ ਨਲਕਾ ਵੀ ਆਪਦੀ ਦਾਸਤਾਂ ਸੋ ਸਮਾ ਸਭ ਕੁਝ ਖਤਮ ਕਰ ਦਿੰਦਾ ਸਭ ਕੁਝ ਖਾ ਜਾਂਦਾ ਸੋ ਇਹ ਜੀ ਘਰਾਟ ਤੇ ਇਹਦੇ ਨਾਲ ਨਾਲ ਆਹ ਦੇਖੋ ਸਾਹਮਣੇ ਆਹ ਨਾਰੀਅਲ ਪੈ ਨੇ ਜਿਹੜੇ ਨਾਰੀਅਲ ਅਸੀਂ ਸੁੱਕਣਾ ਸੁੱਕ ਕੇ ਇਹਦੇ ਵਿੱਚ ਪਾਣੀ ਚੱਲਦੇ ਪਾਣੀ ਚ ਬਹਾ ਦਿੰਨੇ ਆ ਤਾਰ ਦਿੰਨੇ ਆ ਹੁਣ ਇਹ ਘਰਾਟਾਂ ਤੇ ਇੱਥੇ ਇਹ ਨਾਰੇ ਲਾਏ ਛਿੱਲ ਕੇ ਜਿਹੜੇ ਇੱਥੋਂ ਦੇ ਆਪਾਂ ਕਹ ਲਈਏ ਨਹਿਰਾਂ ਦੇ ਕੱਲਾ ਖੁੰਜੇ ਦੇ ਰਹਿੰਦੇ ਨੇ ਉਹ ਲੈ ਜਾਂਦੇ ਨੇ ਖਾ ਖੂ ਲੈਂਦੇ ਨੇ ਦੇਖੋ ਕਿੰਨੇ ਨਾਰੀਅਲ ਛੱਲੇ ਪੈ ਸੋ ਇਹ ਘਰਾਟਾਂ ਕਿਸੇ ਸਮੇਂ ਪੰਜਾਬ ਦੀ ਹਰੇਕ ਨਹਿਰ ਤੇ ਹੁੰਦੀਆਂ ਸੀ ਤੇ ਆਮ ਲੋਕ ਇਹਨਾਂ ਦਾ ਆਟਾ ਖਾਂਦੇ ਸੀ ਆਟਾ ਬੜਾ ਠੰਡਾ ਆਟਾ ਹੁੰਦਾ ਸੀ ਕਿਉਂਕਿ ਪਾਣ ਚੱਕੀ ਨਾਲ ਚੱਲਣ ਵਾਲਾ ਆਟਾ ਸੀ ਸਮੇਂ ਨੇ ਜਿਵੇਂ ਹੀ ਕਰਵਟ ਬਦਲੀ ਤੇਜ਼ੀ ਲਿਆਂਦੀ ਤਾਂ ਇਹ ਘਰਾਟ ਇਹ ਸੜ ਤੋਂ ਦੂਰ ਹੋ ਗਏ ਅਸੀਂ ਅੱਜ ਕੱਲ ਸਭ ਚੱਕੀਆਂ ਆ ਗਈਆਂ ਅੱਜ ਕੱਲ ਤਾਂ ਇਲੈਕਟ੍ਰਿਕ ਚੱਕੀਆਂ ਆ ਗਈਆਂ ਆਹਾ ਉਸ ਸਮੇਂ ਦਾ ਖੜਾ ਦਰਖਤ ਵੀ ਸਮੇਂ ਦੀਆਂ ਬਾਤਾਂ ਪਾਉਂਦਾ ਹੋਵੇਗਾ ਕਿ ਕਿਵੇਂ ਮੇਰੇ ਥੱਲੇ ਆ ਕੇ ਗੱਡਿਆਂ ਤੇ ਲੋਕ ਰੁੱਕ ਜਾਂਦੇ ਸੀ ਤੇ ਨਹਿਰ ਤੋਂ ਆਟਾ ਭੌਂਦੇ ਸੀ ਇੱਥੇ ਪੂਰੀ ਚਹਿਲ ਪਹਲ ਹੁੰਦੀ ਸੀ ਸਮੇਂ ਨੇ ਸਾਰੀਆਂ ਚੀਜ਼ਾਂ ਲਕੋਲੀਆਂ ਕੀ ਹਾਲ ਹੋ ਗਿਆ ਸਮਾਂ ਕੁਦਰਤ ਕਿਸ ਤਰੀਕੇ ਹਨਾ ਦੇਖੋ ਪੱਤਿਆਂ ਨੂੰ ਵੀ ਜਾਲੇ ਲੱਗੇ ਤੇ ਆ ਹਾਲ ਘਰਾੜਦੇ ਹਨਾ ਸਮੇਂ ਨੇ ਕੀ ਕਰਤੇ ਸਮਾਂ ਕਦੇ ਵੀ ਕਿ ਕੋ ਜਾ ਨਹੀਂ ਰਹਿੰਦਾ ਇਸ ਪਾਸੇ ਮਾਡਰਨ ਆ ਬਣ ਗਏ ਜਿਹੜੇ ਬਿਜਲਈ ਘਰ ਨੇ ਤੇ ਆ ਦੇਖੋ ਗੋਲੇ ਕਬੂਤਰ ਵੀ ਬੈਠੇ ਨੇ ਇੱਥੇ ਸੋ ਇਹ ਆਪਦੀਆਂ ਕਿਸੇ ਬਾਤਾਂ 'ਚ ਮਸ਼ਰੂਫ ਹੋਣੇ ਨੇ ਸੋ ਨਹਿਰ ਪੂਰੇ ਜੋਬਨ ਤੇ ਸੋ ਬਸ ਮਾਲਕ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਸਮਾ ਹਰੇਕ ਨੂੰ ਆਪਦੇ ਨਾਲ ਜੋੜੀ ਰੱਖੇ ਕਿਉਂਕਿ ਜਿਹੜੇ ਸਮੇਂ ਦੇ ਹਾਣੀ ਹੁੰਦੇ ਨੇ ਉਹੀ ਅੱਗੇ ਵੱਧ ਪਾਉਂਦੇ ਨੇ ਨਹੀਂ ਤਾਂ ਤੁਸੀਂ ਦੇਖ ਲਿਆ ਆ ਘਰਾਟਾਂ ਦਾ ਅੱਜ ਇਹਨਾਂ ਦਾ ਸਮਾਂ ਨਹੀਂ ਹੈ ਤੇ ਇਹਨਾਂ ਦਾ ਕੀ ਹਾਲ ਹੋ ਗਿਆ ਆ ਨਹਿਰ ਚੋਂ ਨਿਕਲਣ ਵਾਲੇ ਕੂੜੇ ਦੀ ਇਹ ਜਗਾ ਬਣ ਗਈ ਸੋ ਸਮਾਂ ਬਾਈ ਜੀ ਬਹੁਤ ਬੇਅੰਤ ਚੀਜ਼ ਐ ਬੜੀ ਵੱਡੀ ਚੀਜ਼ ਐ ਮਾਲਕ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਜਿਉਂਦੇ ਵਸਦੇ ਰੋ